ਵੀਰ ਦਾ ਚੜਿਆ ਮੋਛਾਂ ਨੂੰ ਆਪੇ ਕੁੰਡ ਪੈ ਗਏ ਹਨ ਫੁੱਲ ਫੜਕ ਰਹੇ ਡੌਲੇ ਫੜਕ ਰਹੇ ਹਨ ਤ੍ਰਿਪਤੀ ਚੜੀ ਕੁਟੇਲਾ ਮੁਖ ਲਾਲੀ ਵੀਰ ਰਸ ਦੇ ਨਾਲ ਜਿਹੜੇ ਪਰਵੱਟੇ ਹਨ ਟੇਢੇ ਹੋ ਗਏ ਹਨ ਕਮਾਨ ਦੇ ਵਾਂਗੂ ਚਿਹਰੇ ਤੇ ਲਾਲ ਹੋ ਗਿਆ ਹੈ ਚਿਹਰਾ ਵੀਰ ਰਸ ਦੇ ਨਾਲ ਸ਼ੇਰ ਦੀ ਤਿਆਰ ਉੱਠੀ ਹੈ ਭਾਈ ਬਚਿੱਤਰ ਸਿੰਘ ਜੀ ਵੇਖਣ ਨੂੰ ਬਹੁਤੇ ਭਿਆਨਕ ਲੱਗ ਰਹੇ ਹਨ ਨਾਗਣੀ ਆਪਣੇ ਹੱਥ ਵਿੱਚ ਸੂਰਮੇ ਨੇ ਕਮਾਈ ਹੈ ਪਕੜ ਕਰਕੇ ਹਾਥੀ ਦਾ ਮੱਥਾ ਵੇਖਿਆ ਯੋਧੇ ਨੇ ਆਪਣੇ ਪੈਰਾਂ ਦਾ ਬਾਲਰ ਘੋੜੇ ਦੀਆਂ ਰਕਾਬਾਂ ਦੇ ਵਿੱਚ ਪਾ ਕਰਕੇ ਗੁਰੂ ਕਾ ਸ਼ੇਰ ਭਾਈ ਬਚਿੱਤਰ ਸਿੰਘ ਉਛਲਿਆ ਘੋੜੇ ਦੀ ਕਾਠੀ ਦਾ ਆਸਣ ਛੱਡ ਦਿੱਤਾ ਯੋਧੇ ਨੇ ਸਰੀਰ ਕਾ ਓਜ ਸੰਭਰ ਕੇ ਆਪਣੇ ਸਰੀਰ ਦਾ ਸਾਰਾ ਬਲ ਸਾਂਭ ਕਰਕੇ ਘੋੜੇ ਦੀਆਂ ਵਾਗਾਂ ਛੱਡ ਦਿੱਤੀਆਂ ਹਨ ਹਾਥੀ ਦੇ ਵਾਲਾ ਆਪਣੇ ਘੋੜੇ ਨੂੰ ਕਦਾਇਆ ਸਿੱਖ ਪੌੜ ਕਰ ਦਿੱਤਾ ਪਿਛਲੀਆਂ ਲੱਤਾਂ ਤੇ ਘੋੜਾ ਖੜਾ ਹੋ ਗਿਆ ਹੈ ਹਾਥੀ ਦੇ ਸੁਣ ਦੇ ਵਿੱਚ ਜਿਹੜੀ ਤਿੱਖੀ ਸਾਹ ਬਚੀ ਹੋਈ ਹੈ ਉਸਦਾ ਵਾਰ ਬਚਾ ਕਰਕੇ ਭਾਈ ਬਚਿੱਤਰ ਸਿੰਘ ਨੇ ਨਾਗਣੀ ਦਾ ਵਾਰ ਛੱਡ ਦਿੱਤਾ ਹੈ।